ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਇੱਕ ਵਾਰੀ ਫਿਰ ਹਾਜ਼ਰ ਹਾਂ ਸਾਡੇ ਨਾਲ ਨੈਵੀਗੇਟਰਸ ਓਵਰਸੀਜ਼ ਸੋਲਿਊਸ਼ਨਸ ਤੋਂ ਮੈਮ ਵੀਨਾ ਗੋਇਲ ਮੌਜੂਦ ਨੇ। ਅੱਜ ਦਾ ਵਿਸ਼ਾ ਬਹੁਤ ਮਹੱਤਵਪੂਰਨ ਹੈ। ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਮਾਸਟਰਸ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਆਸਟ੍ਰੇਲੀਆ। ਹੁਣ ਮਾਸਟਰਸ ਦੇ ਵਿੱਚ ਐਡਮਿਸ਼ਨ ਲੈਣ ਦਾ ਸਟੈਪ ਬਾਏ ਸਟੈਪ ਪ੍ਰੋਸੀਜਰ ਕੀ ਹੈ? ਕਲੀਨ ਪ੍ਰੋਫਾਈਲਸ ਨੂੰ ਆਸਟ੍ਰੇਲੀਆ ਵੀਜ਼ੇ ਦੇ ਰਿਹਾ ਹੈ। ਮਾਸਟਰਸ ਦੇ ਵਿੱਚ ਬੜੇ ਚੰਗੇ ਵੀਜ਼ੇ ਆ ਰਹੇ ਨੇ, ਪਰ ਮਾਸਟਰਸ ਦੇ ਵਿੱਚ ਅਪਲਾਈ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਸਟੂਡੈਂਟਸ ਨੇ ਖਿਆਲ ਰੱਖਣਾ ਔਰ ਸਟੈਪ ਬਾਏ ਸਟੈਪ ਪ੍ਰੋਸੈਸ ਕੀ ਹੈ? ਅੱਜ ਕੰਪਲੀਟ ਇਸ ਟੋਪਿਕ ਨੂੰ ਐਡਰੈਸ ਕਰਨਗੇ ਮੈਮ ਵੀਨਾ ਗੋਇਲ। ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਔਰ ਮੈਂ ਚਾਹੂੰਗਾ ਕਿ ਇਹ ਪੁਆਇੰਟਸ ਨੇ ਜਿਹੜੇ ਤੁਸੀਂ ਸਾਰੇ ਇਹਨਾਂ ਨੂੰ ਐਕਸਪਲੇਨ ਕਰੋ। ਜਿਹੜੇ ਬੱਚੇ ਆਸਟ੍ਰੇਲੀਆ ਜਾਂਦੇ ਆ, ਕਿਉਂਕਿ ਆਸਟ੍ਰੇਲੀਆ ਇਸ ਟਾਈਮ ਨੌਰਥ ਇੰਡੀਆ ਜਾਂ ਪੂਰੇ ਆਲ ਓਵਰ ਇੰਡੀਆ ਵਾਸਤੇ ਨੰਬਰ 1 ਡੈਸਟੀਨੇਸ਼ਨ ਜਿਹੜਾ ਬਾਈ ਚੋਇਸ ਹੈ ਸਟੂਡੈਂਟਸ ਦਾ। ਔਰ ਜਿਹੜੇ ਪਿੱਛੇ ਸਟੂਡੈਂਟਸ ਦੇ ਫੀਡਬੈਕ ਵੀ ਲਿੱਤੀ ਗਈ, ਉਹਨਾਂ 'ਤੇ ਜਿਹੜੇ ਰਿਜ਼ਲਟ ਆਏ ਹੈ ਕਿ 65% ਸਟੂਡੈਂਟ ਜਿਹੜੇ ਆ ਉਹਨਾਂ ਦੀ ਫਸਟ ਚੋਇਸ ਸਿਸਟਮ ਆਸਟ੍ਰੇਲੀਆ। ਹੁਣ ਆਸਟ੍ਰੇਲੀਆ ਵਿੱਚ ਜਿਹੜਾ ਬੱਚਾ ਇੱਕ ਗ੍ਰੈਜੂਏਸ਼ਨ ਵਾਸਤੇ ਜਾ ਰਿਹਾ, ਇੱਕ ਮਾਸਟਰ ਵਾਸਤੇ, ਜਿਹੜਾ ਮਾਸਟਰ ਵਾਸਤੇ ਸਟੂਡੈਂਟ ਹੈ ਉਹ ਮੈਚੋਰ ਸਟੂਡੈਂਟ ਹੁੰਦਾ, ਔਰ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ, ਜਿਹੜੀ ਜਿਹਨੂੰ ਕਹੀਏ ਆਪਾਂ ਐਡਮਿਸ਼ਨ ਰਿਕੁਆਇਰਮੈਂਟ ਦੈਨ ਵੀਜ਼ਾ ਰਿਕੁਆਇਰਮੈਂਟ, ਉਹਨਾਂ ਦਾ ਆਪਾਂ ਥੋੜ੍ਹਾ ਜਿਹਾ ਡਿਟੇਲ 'ਚ ਸਟੂਡੈਂਟਸ ਨੂੰ ਸਮਝਾ ਦਿੰਦੇ ਹਾਂ। ਇਹਨਾਂ ਦੀ ਜਿਹੜੀ ਪਰਸੈਂਟੇਜ ਅਕੈਡਮਿਕ ਪਰਸੈਂਟੇਜ ਉਹ ਜਿਹੜਾ ਲੈਵਲ 1, ਲੈਵਲ 2 ਜਾਂ ਲੈਵਲ 3 ਯੂਨੀਵਰਸਿਟੀ ਤੋਂ ਪੜ੍ਹੇ ਹੋਏ ਬੱਚੇ ਆ ਉਹਨਾਂ ਦੀ 55% ਲੈਵਲ 1 ਯੂਨੀਵਰਸਿਟੀ ਵਾਲਿਆਂ ਦੀ, ਲੈਵਲ 2 ਵਾਲਿਆਂ ਦੀ 60 ਔਰ ਲੈਵਲ 3 ਦੀ 65%। ਜ਼ਿਆਦਾਤਰ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਸਟ੍ਰੇਲੀਆ ਦੇ ਵਿੱਚ ਇੱਦਾਂ ਇਹਨਾਂ ਨੇ ਸਟ੍ਰੀਮਲਾਈਨ ਕੀਤਾ ਹੋਇਆ। ਹਜ਼ਾਰਾਂ ਯੂਨੀਵਰਸਿਟੀਆਂ ਇੰਡੀਆ ਵਿੱਚ, ਉਹਨਾਂ ਦੇ ਵਿੱਚ ਇਹਨਾਂ ਨੇ ਲੈਵਲ 1, 2, 3 ਰੱਖਿਆ ਹੋਇਆ ਹੈ ਨਾ। ਸੈਕਸ਼ਨ 1, ਸੈਕਸ਼ਨ 2, ਸੈਕਸ਼ਨ 3 ਬੇਸਿਕਲੀ ਇੱਦਾਂ ਕਹਿੰਦੇ ਆ। ਹੁਣ ਸੈਕਸ਼ਨ 1 'ਚ ਜਿੰਨੀ ਸਟੇਟ ਯੂਨੀਵਰਸਿਟੀਜ਼ ਹੈ ਜਾਂ ਜੋ ਅੱਛੀ ਯੂਨੀਵਰਸਿਟੀ ਜਿਹਨਾਂ ਦੀ ਰੈਂਕਿੰਗ ਅੱਛੀ, ਉਹ ਸਾਰੀ ਸੈਕਸ਼ਨ 1 'ਚ ਹੈ। ਫੋਰ ਐਗਜ਼ਾਮਪਲ ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, GNDU, ਇਹ ਸਾਰੀ ਲੈਵਲ ਸੈਕਸ਼ਨ 1 'ਚ ਆਉਂਦੀਆਂ। ਦਿੱਲੀ, ਡੇਲੀ ਯੂਨੀਵਰਸਿਟੀ, ਮੁੰਬਈ ਯੂਨੀਵਰਸਿਟੀ, ਸਟੇਟ ਯੂਨੀਵਰਸਿਟੀਜ਼ ਸਾਰੀ ਇਹ ਲੈਵਲ 1 'ਚ ਹੈ। ਫਿਰ ਲੈਵਲ 2 ਵਿੱਚ, ਮਤਲਬ ਜਿਹੜੀ ਇਹਨਾਂ ਦੇ ਵਿੱਚ ਦੀ ਯੂਨੀਵਰਸਿਟੀਆਂ ਹੋਣਗੀ, ਬਹੁਤ ਬੜੀ ਲਿਸਟ ਹੈ ਹਜ਼ਾਰਾਂ ਯੂਨੀਵਰਸਿਟੀਆਂ 'ਚ, ਇਹਨਾਂ ਦੇ ਵਿੱਚੋਂ ਸਾਨੂੰ ਕੱਢਣਾ ਪੈਂਦਾ, ਉਹ ਲੈਵਲ 2 ਵਿੱਚ ਆਉਣਗੀਆਂ, ਹੈ ਨਾ। ਬਹੁਤ ਸਾਰੀ ਯੂਨੀਵਰਸਿਟੀਆਂ ਜਿਹੜੀ ਲੈਵਲ 2 'ਚ। ਫਿਰ ਸੈਕਸ਼ਨ 3 ਦੀ ਜਿਹੜੀ ਆ ਪ੍ਰਾਈਵੇਟ ਯੂਨੀਵਰਸਿਟੀਜ਼ ਮੈਕਸੀਮਮ ਸੈਕਸ਼ਨ 3 ਵਿੱਚ ਜਾ ਰਹੀਆਂ। ਹੁਣ ਜਿਹੜੀ ਸੈਕਸ਼ਨ 1 ਦੀ ਆ ਉਹਨੂੰ 55% ਚਾਹੀਦਾ, ਪਹਿਲੇ ਉਹ 50% ਦੇ ਨਾਲ ਲੈਂਦੇ ਸੀ, ਸੈਕਸ਼ਨ 2 ਦੀ 60% ਐਂਡ ਸੈਕਸ਼ਨ 3 ਦੀ 65%। ਆਇਲਸ ਰਿਕੁਆਇਰਮੈਂਟ 6.5, ਨੋਟ ਲੈਸ ਦੈਨ 6। ਔਰ ਇਹਦੇ ਨਾਲ ਜੋ, ਕਿਉਂਕਿ ਗ੍ਰੈਜੂਏਸ਼ਨ ਵਾਲਾ ਬੱਚਾ ਜਾਂ ਗੈਪ ਹੈ ਅਤੇ ਉਹ ਜੋਬ ਕਰ ਰਿਹਾ ਹੋਏ, ਉਹਨੂੰ ਜਿਹੜਾ ਐਕਸਪੀਰੀਅੰਸ ਲੈਟਰ ਉਹਦੇ ਕੋਲ ਹੋਏ, ਅਪੁਆਇੰਟਮੈਂਟ ਲੈਟਰ ਹੋਏ ਔਰ ਸੈਲਰੀ ਅਕਾਊਂਟ 'ਚ ਆਉਂਦੀ ਹੋਏ, ਅਤੇ ਇਹ ਸਾਰੀ ਚੀਜ਼ਾਂ ਜਦੋਂ ਸਟੂਡੈਂਟ ਦੀ ਪੂਰੀ ਹੁੰਦੀਆਂ। ਸਬਜੈਕਟਸ ਉਹਦੇ ਅੱਛੇ ਹੋਣੇ ਚਾਹੀਦੇ ਆ। ਜ਼ਿਆਦਾਤਰ ਆਰਟਸ ਦੇ ਸਬਜੈਕਟ ਕੋਈ ਵੀ ਯੂਨੀਵਰਸਿਟੀ ਇਸ ਟਾਈਮ ਨਹੀਂ ਲੈ ਰਹੀ ਹੈ। ਔਰ ਤੁਸੀਂ ਬਿਸਾਈਡ ਆਰਟਸ ਜਾਂ ਤੁਸੀਂ ਇੰਜੀਨੀਅਰਿੰਗ ਦੇ ਹੋ, ਮੈਡੀਕਲ ਦੇ, ਨੋਨ ਮੈਡੀਕਲ ਦੇ, ਕਾਮਰਸ ਦੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਇਹ ਸਾਰੇ ਸਟੂਡੈਂਟ ਜਿਹੜੇ ਅਪਲਾਈ ਕਰ ਸਕਦੇ ਆ। ਬਟ ਜਿਹੜਾ ਗੈਪ ਹੈ ਉਹ ਜਸਟੀਫਾਈ ਹੋਣਾ ਚਾਹੀਦਾ, ਤੁਹਾਡੀ ਜੋਬ ਹੋਣੀ ਚਾਹੀਦੀ ਹੈ, ਅਕਾਊਂਟ 'ਚ ਸੈਲਰੀ ਆਉਣੀ ਚਾਹੀਦੀ ਹੈ, ਅਪੁਆਇੰਟਮੈਂਟ ਲੈਟਰ, ਐਕਸਪੀਰੀਅੰਸ ਲੈਟਰ, ਸਾਰਾ ਕੁਝ ਤੁਹਾਡੇ ਕੋਲ ਹੋਣਾ ਚਾਹੀਦਾ। ਇਹ ਤੁਹਾਡਾ ਇੱਕ ਕ੍ਰਾਈਟੇਰੀਆ ਕੰਪਲੀਟ ਹੋ ਗਿਆ।
ਦੈਨ ਫਿਰ ਸੈਕਿੰਡ ਕ੍ਰਾਈਟੇਰੀਆ ਅੱਜ ਕੱਲ੍ਹ ਕੀ ਹੈ, ਮੈਂ ਇਹ ਕਹਿੰਦੀ ਹਾਂ ਕਿ ਬੱਚਿਆਂ ਦਾ ਜਿਹੜਾ ਐਡਮਿਸ਼ਨ ਦਾ ਕ੍ਰਾਈਟੇਰੀਆ ਉਨਾ ਹੀ ਜ਼ਰੂਰੀ ਆਸਟ੍ਰੇਲੀਆ ਵਾਸਤੇ ਪੇਰੈਂਟਸ ਦਾ ਐਡਮਿਸ਼ਨ ਕ੍ਰਾਈਟੇਰੀਆ, ਮੀਨਸ ਪੇਰੈਂਟਸ ਦੀ ਜਿਹੜੀ ਹੈ ਇਨਕਮ ਟੈਕਸ ਰਿਟਰਨ ਪ੍ਰੋਪਰ ਹੋਣ ਐਂਡ 12 ਲੱਖ ਮਿਨੀਮਮ ਦੇਖਦੇ ਆ ਔਰ 12 ਤੋਂ ਉੱਪਰ ਵੀ ਕਈ ਯੂਨੀਵਰਸਿਟੀਆਂ ਲੈਂਦੀਆਂ, ਅਤੇ ਪੇਰੈਂਟਸ ਦਾ ਇਨਕਮ ਕ੍ਰਾਈਟੇਰੀਆ ਲਾਸਟ 2 to 3 ਈਅਰਸ ਦੇ ITR ਚਾਹੀਦੀਆਂ ਔਰ ਉਹਨਾਂ ਦੇ 3 ਮੰਥਸ ਓਲਡ ਸੇਵਿੰਗ ਅਕਾਊਂਟ ਜ਼ਰੂਰੀ ਹੋਣਾ ਚਾਹੀਦਾ। ਕਈ ਵਾਰੀ ਕਈ ਯੂਨੀਵਰਸਿਟੀਆਂ ਉਹਨਾਂ ਤੋਂ ਵੀ ਪੁਰਾਣਾ ਮੰਗ ਲੈਂਦੇ ਆ, ਔਰ ਜੇ ਤੁਸੀਂ ਗ੍ਰੈਜੂਏਟ ਹੋ ਤੁਹਾਡੀ ਇਨਕਮ ਪੂਰੀ ਹੈ ਫਿਰ ਐਜੂਕੇਸ਼ਨ ਲੋਨ ਵੀ ਬਹੁਤ ਈਜ਼ੀਲੀ ਮਿਲ ਜਾਂਦਾ, ਤੁਸੀਂ ਐਜੂਕੇਸ਼ਨ ਲੋਨ ਵੀ ਲੈ ਸਕਦੇ ਹੋ। ਇੱਥੇ ਇੱਕੋ ਪਲੱਸ ਪੁਆਇੰਟ ਹੈ ਕਿ ਜਿੱਦਾਂ ਕੈਨੇਡਾ ਦੇ ਵਿੱਚ GIC ਦੇਣਾ ਜਾਂ ਜਰਮਨੀ ਵਗੈਰਾ 'ਚ ਬਲੋਕ ਅਕਾਊਂਟ ਦੇਣਾ, ਅਤੇ ਇੱਦਾਂ ਆਸਟ੍ਰੇਲੀਆ ਦੇ ਵਿੱਚ ਖਾਲੀ ਫੰਡ ਸ਼ੋਅ ਕਰਨੇ ਆ, ਕੋਈ ਬਲੋਕ ਅਕਾਊਂਟ ਜਾਂ ਇੱਦਾਂ ਦਾ ਕੁਛ ਨਹੀਂ ਹੈ। 6 ਮਹੀਨੇ ਦੀ ਜਦ ਤੁਹਾਡੀ GT ਕਲੀਅਰ ਹੋ ਗਈ ਤਾਂ 6 ਮੰਥ ਦੀ ਫੀਸ ਪੇ ਕਰਕੇ ਤੁਸੀਂ ਫਾਈਲ ਲਗਾ ਸਕਦੇ ਹੋ। ਹੁਣ ਮੇਜ਼ਰ ਚੇਂਜਿਸ ਕੀ ਆਈਆਂ ਕਿ ਜਿਹੜੀ $1600 ਹੁਣ ਤੁਹਾਡੀ ਐਪਲੀਕੇਸ਼ਨ ਫੀਸ ਐਮਬੈਸੀ ਫੀਸ ਹੋ ਗਈ ਹੈ, ਲਿਵਿੰਗ ਐਕਸਪੈਂਸਿਸ 29,700 ਜਿਹੜੇ ਪਹਿਲੇ ਕਿ 22,500 ਸੀਗੇ, ਅਤੇ ਇਹ ਚੀਜ਼ਾਂ ਤੁਹਾਡੀ ਥੋੜ੍ਹੀ ਜਿਹੀ ਮੇਜ਼ਰ ਚੇਂਜਿਸ ਆਏ ਹੈ ਜਿਹੜਾ ਕਿ ਧਿਆਨ ਰੱਖਦੇ ਹੋਏ ਤੁਸੀਂ ਅਪਲਾਈ ਕਰ ਸਕਦੇ ਹੋ। ਨਵੰਬਰ ਇਜ਼ ਦਾ ਨੀਅਰੈਸਟ ਇਨਟੇਕ, ਨਵੰਬਰ ਦੇ ਬਾਅਦ ਫਿਰ ਹੈ ਜੈਨ ਇਨਟੇਕ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਥੈਂਕ ਯੂ ਸੋ ਮੱਚ। ਸੋ ਬਹੁਤ ਹੀ ਮਹੱਤਵਪੂਰਨ ਟੋਪਿਕ ਦੇ ਉੱਤੇ ਵੀਨਾ ਗੋਇਲ ਮੈਮ ਨੇ ਅੱਜ ਸਟੂਡੈਂਟਸ ਨੂੰ ਸਟੈਪ ਬਾਏ ਸਟੈਪ ਸਾਰਾ ਪ੍ਰੋਸੀਜਰ ਸਮਝਾਇਆ। ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਟੈਲੀਫੋਨ ਕਾਲ ਕਰ ਸਕਦੇ ਹੋ, ਪੂਰੀ ਕਲੈਰਿਟੀ ਲੈ ਸਕਦੇ ਹੋ ਔਰ ਤੁਸੀਂ ਅਪਲਾਈ ਵੀ ਕਰ ਸਕਦੇ ਹੋ। ਥੈਂਕ ਯੂ ਸੋ ਮੱਚ। ਥੈਂਕ ਯੂ।